ਸੁਖ ਸਾਗਰ ਗੁਰਦੇਉ ਹੈ, ਸੁਖ ਸਾਗਰ ਗੁਰਦੇਉ ਹੈ, ਸੁਖ ਦੇ ਮੇਲ ਲੈ ਸਤਿਗੁਰ ਗੁਣੀ ਨਿਧਾਨ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਬ ਗੁਣਿਆਰੇ, ਗੁਣ ਕਰ ਬਖਸ਼ੇ ਅਬ ਗੁਣਿਆਰੇ। ਜਨਮ ਮਰਨ ਜਨ ਕਰੇ ਉਤਾਰੇ।
ਸਤਿਗੁਰ ਗੁਣੀ ਨਿਦਾਨ ਹੈ, ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਕੋਈ ਚੇਅਰਮੈਨ ਨੀ, ਕੋਈ ਪ੍ਰਧਾਨ ਨੀ, ਕੋਈ ਜਨਰਲ ਸੈਕਟਰੀ, ਕੋਈ ਕੈਸ਼ੀਅਰ ਨੀ, ਜਿੰਨੀ ਵੀ ਐਗਜ਼ੀਕਿਊਟਿਵ ਸਭ ਸੇਵਾਦਾਰ ਹੈ, ਸੋਸ਼ਲ ਵੈਲਫੇਅਰ ਮਿਨਿਸਟਰ ਦੀ ਸੇਵਾ ਕਰਨਗੇ, ਕਿਸੇ ਤੇ ਕੋਈ ਡੈਗਰੇਸ਼ਨ ਸਿਰਫ ਸੀਨੀਅਰ ਸਿਟੀਜ਼ਨ ਨੂੰ ਪ੍ਰੈਫਰੈਂਸ ਦਿੱਤੀ ਜਾਵੇ, ਬਲਕਿ ਲਿਖੇ ਲਾਇਆ ਜਾਵੇ ਵੀ ਉਹਨੂੰ ਲਾਈਨ 'ਚ ਲੱਗਣਾ ਨਾ ਪਵੇ, ਉਹਨੂੰ ਜਿਹੜੀ ਵੀ ਸਾਡਾ ਹੋਸਪਿਟਲ ਹੈ ਉਹਨੂੰ ਉੱਦਾਂ ਦੀਆਂ ਸੁਵਿਧਾਵਾਂ ਦੇਈਏ ਕਿ ਜਿੱਦਾਂ ਉਹ ਫੀਲ ਹੋਵੇ ਕਿ ਮੈਂ ਇੱਕ ਅੱਛੇ ਹੋਸਪਿਟਲ ਦੇ ਵਿੱਚ ਆਇਆ। ਇਹ ਸਾਡਾ ਦੂਸਰਾ ਮੁੱਦਾ। ਤੀਸਰਾ, ਅਸੀਂ ਡਾਕਟਰ ਦੇ ਨਾਲ ਤੁਸੀਂ ਵੱਧ ਤੋਂ ਵੱਧ ਕਰਦੇ ਹਾਂ ਕਿ ਨਹੀਂ ਮਸ਼ੀਨਰੀ ਜਿਹੜੀ ਵੱਧ ਤੋਂ ਵੱਧ ਡਾਕਟਰਾਂ ਨੇ ਸਾਡੇ ਫੇਵਰ ਹੋ ਅਪਗ੍ਰੇਡ ਹੋ ਸਕਦੀ ਮਿਲੇ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਚਾਹੇ ਉਹ ਕਿਸੇ ਵੀ ਕੋਰਸ ਦੀ ਹੈ ਅਸੀਂ ਉਹ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਕਿਹੜੀ ਕਰਨਾ, ਗੱਲਾਂ ਬਹੁਤ ਹੈ, ਸਮੇਂ ਜਿਹੜਾ ਹੈ ਰਾਏ ਸਾਹਿਬ ਵੀ ਬਹੁਤ ਕੀਮਤੀ ਟਾਈਮ ਕੱਢ ਕੇ ਆਏ ਹੈ। ਡੈਲਸੀ ਮਸ਼ੀਨ ਦਾ ਇੱਕ ਡਿਸੀਜਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਹੋਇਆ, ਸਾਡੇ ਸ਼ਹਿਰ ਦੇ ਵਿੱਚੋਂ ਸੰਸਥਾਵਾਂ ਨੂੰ ਦੇਖਣ ਲਈ ਇੱਕ ਅੱਖ ਜਿਹੜੀ ਸੰਸਥਾ ਨੂੰ ਦੇਖਦੀ ਹੈ, ਪੈਸਾ ਉਹੀ ਦਿੰਦੇ ਆ ਕਿ ਕਿਆ ਇਹ ਪੈਸਾ ਸਾਡਾ ਸਹੀ ਅੱਖਾਂ ਦੇ ਵਿੱਚ ਜਾ ਰਿਹਾ, ਕਿਤੇ ਇਹ ਪੈਸਾ ਗੁਣ ਗੁਣ ਤਾਂ ਨਹੀਂ ਹੋਵੇ। ਸਰਕਾਰ ਦੀ ਏਡ ਉਸ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹੋ ਕਿ ਨਹੀਂ ਹੈ, ਅਸੀਂ ਸੰਸਥਾਵਾਂ ਲੱਗ ਕੇ ਹੀ ਇਹ ਸਾਰੀ ਚੀਜ਼ ਜਿਹੜੀ ਮਾਮਲਾ ਦੀ ਸੂਬਾ ਕਰ ਰਹੇ ਹੋ, ਤੁਸੀਂ ਸ਼ਹਿਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜਾਓ। ਜਦੋਂ ਡਿਸੀਜਨ ਹੋਇਆ ਡੈਲਸੀ ਮਸ਼ੀਨ ਦਾ, ਤਾਂ ਮੈਂ ਮਹਾਂਵੀਰ ਜੀ ਨੂੰ ਕਿਹਾ ਵੀ ਇਹ ਡੈਲਸੀ ਮਸ਼ੀਨ ਇੱਕ ਲੈ ਲਓ, ਤਾਂ ਕਿ ਉੱਪਰ ਸਾਡੇ ਪੇਸ਼ੈਂਟ ਜਿੰਨੇ ਜ਼ਿਆਦਾ ਸੀਗੇ ਉਹਨੂੰ ਕੁਛ ਪੇਸ਼ੈਂਟ ਸਾਨੂੰ ਮੁੰਡੇ ਪੈਂਦੇ ਸੀ। ਜਾਂ ਸੀ ਮਹਾਂਵੀਰ ਜੀ ਦਾ ਡਿਸੀਜਨ ਲੱਗੇ, ਮੈਂ ਇਹਨਾਂ ਨੂੰ ਹਰ ਰੋਜ਼ ਕਹਿ ਰਿਹਾ ਸੀ ਮਸ਼ੀਨ ਲਓ ਮਸ਼ੀਨ ਲਓ ਮਸ਼ੀਨ ਲਓ, ਕਹਿੰਦੇ ਨੂੰ ਰਾਏ ਸਾਹਿਬ ਨਾਲ ਮੇਰੀ ਗੱਲ ਚੱਲ ਰਹੀ ਹੈ ਕਿ ਲੇਟ ਕਦੋਂ ਆ ਰਹੇ ਆ, ਔਰ ਮੈਂ ਸੱਚ ਪੁੱਛੋ ਦਾ ਇਹ ਸੋਚਿਆ ਵੀ ਇਹ ਲੇਟ ਕਰਦੇ ਆ ਵੀ ਇਹ ਡਿਸੀਜਨ ਪਤਾ ਨਹੀਂ ਕਦੋਂ ਹੋਊਗਾ। ਮੇਰੇ ਮਨ 'ਚ ਇਹ ਸ਼ੰਕਾ ਸੀ ਵੀ ਇਹ ਡਿਸੀਜਨ ਕਦੋਂ ਹੋਏਗਾ, ਲੇਕਿਨ ਜਿਸ ਢੰਗ ਨਾਲ ਇਹਨਾਂ ਕਿ ਰੁਕੋ ਆਪਾਂ ਦੇਖੋ ਪੈਸੇ ਲਾਣੇ ਆ, ਜਿੱਦਾਂ ਪੈਸੇ ਕਿੱਦਾਂ ਇਹ ਲਾ ਲੂਗੇ, ਤਾਂ ਜਿਹੜਾ ਬੰਦਾ ਡੋਨਰ ਹੈ ਜਿਹੜਾ ਡੈਲਸੀ ਮਸ਼ੀਨ ਇਹ ਕਹਿ ਰਿਹਾ ਹੈ ਉਹ ਹੋਰ ਚੀਜ਼ ਵੀ ਆ ਜਾਏਗੀ, ਆਪਾਂ ਨੂੰ ਵੀ ਪ੍ਰੋਬਲਮ ਚਾਰਜ ਰੁਕੇ ਆ ਜੀ।
ਉਹ ਡਿਸੀਜਨ ਜਿਸ ਤਰ੍ਹਾਂ ਇਹਨਾਂ ਦਾ ਫਿਰ ਕਹਿੰਦਾ 10 ਮਿੰਟ ਪਹਿਲਾਂ ਡਿਸਾਈਡ ਹੋਇਆ, ਵਿਜਿਟ ਹੋਇਆ, ਮਸ਼ੀਨਾਂ ਆ ਗਈਆਂ, ਮੈਨੂੰ ਪਤਾ ਲੱਗਿਆ, ਤਾਂ ਬਹੁਤ ਖੁਸ਼ੀ ਹੋਈ ਕਿ ਇੱਦਾਂ ਦਾ ਡਿਸੀਜਨ ਜਿਹੜਾ ਸੋਚਿਆ ਨਹੀਂ ਜਾ ਸਕਦਾ। ਅਸੀਂ ਮਤਲਬ ਇੰਨੇ ਧੰਨਵਾਦੀ ਹੈ ਵੀ ਜੇ ਸਾਡੀ ਸੰਸਥਾ ਦੇ ਨਾਲ ਦੇਖੋ ਤੁਸੀਂ ਸੰਸਥਾ ਜਿਹੜੀ ਚਲਾ ਰਹੇ ਹੋ ਸਭਾ ਦਾ ਭਲਾ, ਇਹਦੇ ਵਿੱਚ ਹਰ ਹੋਸਪਿਟਲ ਦੇ ਅੰਦਰ ਜਿੱਥੇ ਜਿੱਥੇ ਜਿਹੜੇ ਜਿਹੜੇ ਦੇਖਦਾ ਉਹ ਕਰਦੇ ਹੋ। ਮੈਂ ਫਿਰ ਵੀ ਬੇਨਤੀ ਕਰਾਂਗਾ ਵੀ ਅਸੀਂ ਜਿਹੜਾ ਜਿਹੜਾ ਵੀ ਪ੍ਰੋਜੈਕਟ ਸਾਡੀ ਨਿਗ੍ਹਾ 'ਚ ਆਏਗਾ ਅਸੀਂ ਤੁਹਾਡੀ ਨਿਗ੍ਹਾ ਜ਼ਰੂਰ ਲਵਾਂਗੇ, ਜੇ ਹੋ ਸਕੇ ਤਾਂ ਸਾਡੇ ਉੱਤੇ ਇਹ ਇੱਦਾਂ ਦੀ ਦ੍ਰਿਸ਼ਟੀ ਬਣਾ ਕੇ ਰੱਖੀ ਤਾਂ ਕਿ ਅਸੀਂ ਇੱਦਾਂ ਦੀ ਸੇਵਾ ਸੁਣਦੇ ਆਸ਼ੀਰਵਾਦ ਦੇ ਨਾਲ ਅਸੀਂ ਮਾਨਤਾ ਤੱਕ ਲੋਕਾਂ ਤੱਕ ਪਹੁੰਚਾ ਸਕੀਏ। ਅਸੀਂ ਸਿਰਫ ਨਿਮਿੱਤ ਹੈ, ਅਸੀਂ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਆਪ ਕਰ ਰਹੇ ਹਾਂ ਜਾਂ ਕੁਛ ਕਰ ਰਹੇ, ਭਗਵਾਨ ਦੀ ਕਿਰਪਾ ਸਾਡੇ 'ਤੇ ਸੁਣਦੇ ਆਸ਼ੀਰਵਾਦ ਦੇ ਨਾਲ ਵੀ ਅਸੀਂ ਇਹ ਸੇਵਾ ਕਰ ਰਹੇ ਹਾਂ। ਸੇਵਾ ਵੀ ਭਗਵਾਨ ਦੇਖ ਕੇ ਹੀ ਕਰਾਉਂਦਾ, ਇਹ ਉਸਦੀ ਅਪਾਰ ਕਿਰਪਾ ਹੁੰਦੀ ਹੈ ਜਿਹੜਾ ਇਸ ਕੰਮ ਦੇ ਵਿੱਚ ਜੁੜਦਾ ਹੈ। ਆਪਣੇ ਵੱਲੋਂ ਸਾਰੇ ਡਾਕਟਰਸ ਵੱਲੋਂ ਸੋਪੀ ਸਾਹਿਬ ਸਾਡੇ ਜਿੱਦਾਂ ਮੈਂ ਸਾਹਮਣੇ ਦੱਸਿਆ ਬਹੁਤ ਪੁਰਾਣੇ, ਇਹਨਾਂ ਦੇ ਐਫਰਟਸ ਬਹੁਤ ਚੱਲ ਰਹੇ ਹੈ। ਅਸੀਂ ਇੱਕ ICU ਦਾ ਵਿਚਾਰ ਕਰ ਰਹੇ ਹਾਂ, ਇੱਕ ਸਾਡੇ ਡੇਂਗੂ ਮਸ਼ੀਨ ਦਾ ਜਿਹੜਾ ਸੈਪਰੇਸ਼ਨ ਅਤੇ ਬਲੱਡ ਕੈਂਪ ਦਾ ਵੀ ਸਾਡਾ ਵਿਚਾਰ ਚੱਲ ਰਹੇ ਹੈ, ਇੱਕ ਵੈਂਟੀਲੇਟਰ ਦਾ ਵਿਚਾਰ ਹੈ। ਅਸੀਂ ਇਹਨੂੰ ਜਲਦੀ ਤੋਂ ਜਲਦੀ ਇਹ ਚਾਹੁੰਦੇ ਹਾਂ ਕਿ 1-2 ਮਹੀਨੇ ਦੇ ਜਿਹੜਾ ਕੁਛ ਵੀ ਇੱਥੇ ਰੁਕਿਆ ਹੋਇਆ ਉਹ ਅਸੀਂ ਇਹਨੂੰ ਫੁੱਟਫੁੱਲ ਕਰ ਦਈਏ, ਔਰ ਤੁਸੀਂ ਸਾਡੇ ਦੇ ਇੱਥੇ ਆਸ਼ੀਰਵਾਦ ਰੱਖੋ। ਔਰ ਸੁਣਦਾ ਨਾਮ ਤੁਹਾਡੀ ਆਸ਼ੀਰਵਾਦ ਦੇ ਨਾਲ ਹੀ ਅਸੀਂ ਲੋਕ ਇਸ ਸੇਵਾ ਦੇ ਵਿੱਚ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਔਰ ਇਹਦਾ ਫਾਇਦਾ ਭਗਵਾਨ ਕਿੱਥੇ ਆਸ਼ੀਰਵਾਦ ਦਿੰਦਾ ਹੈ ਇਹ ਕਿਸੇ ਨੂੰ ਸ਼ਾਇਦ ਨਹੀਂ ਪਤਾ ਵੀ ਭਗਵਾਨ ਦਾ ਇੱਕ ਐਸਾ ਨਜ਼ਰੀਆ ਹੈ ਵੀ ਜਦੋਂ ਇੱਦਾਂ ਦਾ ਕੋਈ ਦੁਖੀ ਬੰਦਾ ਜਿਹੜਾ ਕਿ ਬਿਨ ਪੈਸੇ ਉੱਥੇ ਆਉਂਦਾ ਜਾਂ ਉਹਦਾ ਕੁਛ ਘੱਟ ਪੈਸਿਆਂ ਦੇ ਨਾਲ ਜਿੱਦਾਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਇਲਾਜ ਹੋ ਕੇ ਜਾਂਦਾ, ਉਹ ਕਿੱਦਾਂ ਵੀ ਅਸੀਂ ਸਾਨੂੰ ਇਹ ਚੀਜ਼ ਉਸ ਨੂੰ ਪਤਾ। ਇਸ ਕਰਕੇ ਭਗਵਾਨ ਦ੍ਰਿਸ਼ਟੀ ਸਭ 'ਤੇ ਬਣਾਈ ਰੱਖੇ ਔਰ ਇਸ ਤਰ੍ਹਾਂ ਸੇਵਾਦਾਰਿਆਂ ਦੀ ਜੁੜੇ ਰੱਖੇ। ਔਰ ਮੈਂ ਫਿਰ ਦੁਬਾਰਾ ਇਸ ਡਾਕਟਰ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ, ਔਰ ਸਾਡੀ ਮੈਨੇਜਮੈਂਟ ਵੱਲੋਂ, ਡਾਕਟਰ ਵੱਲੋਂ, ਪੂਰੇ ਸਟਾਫ ਵੱਲੋਂ, ਪੂਰੇ ਸ਼ਹਿਰ ਵਾਸੀਆਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ। ਪ੍ਰੈਜ਼ੀਡੈਂਟ ਸਾਹਿਬ, ਸਾਡੇ ਸਾਰੇ ਮੈਂਬਰ ਸਾਹਿਬਾਨ, ਡਾਕਟਰ ਸਾਹਿਬਾਨ, ਹੋਸਪਿਟਲ ਦੇ ਸਾਰੇ ਸਟਾਫ, ਇਸੇ ਵੇਲੇ ਦੇ ਲੋਨ ਲਿਖ ਤੋਂ ਪਹਿਲਾਂ ਹੀ ਮੈਨੂੰ ਦੱਸਿਆ ਗਿਆ ਸੀ ਕਿ ਵਿਜ਼ਿਟ ਕਰਨੀ ਹੋ ਸਕਦੀ ਹੈ, ਲੈ ਰਹੇ ਸੀ ਕਿ ਹਾਂ ਸਾਡਾ ਮੁੰਡਾ ਬੜਾ ਅੱਛਾ ਜਿਹੜਾ ਟੈਕਨੀਸ਼ੀਅਨ ਹੈਗਾ, ਬੜਾ ਜੋਸ਼ ਹੈ ਮੁੰਡੇ ਵਿੱਚ। ਅਤੇ ਪਹਿਲਾਂ ਕੀਤੀ ਅਸੀਂ ਟੈਸਟ ਜੁੜ ਵਾਲੇ 2 ਯੂਨਿਟ ਚੱਲ ਰਹੇ ਸੀ, ਇੰਦੌਰ ਨੂੰ ਦੇਖੋ ਚੱਲ ਰਿਹਾ ਸੀਗਾ, ਉਹ ਮੈਂ ਜੇ ਦੇਖੀ ਲਿਸਟ 'ਤੇ ਖੇਤੇ ਮੈਂ ਦੱਸਿਆ ਕਹਿੰਦੇ ਵੀ 84 ਅਤੇ 85 ਡਾਇਲਸਿਸ ਕੁਛ ਵੀ ਹੋਏ ਜਿਹੜੀ ਕਿ ਬੜੀ ਅੱਛੀ ਐਵਰੇਜ ਹੈ, ਜਦੋਂ ਅਸੀਂ 2-2.5 ਦੀ ਐਵਰੇਜ ਕਹਿ ਦਿੰਦੇ ਹਾਂ ਮਸ਼ੀਨ ਦੇ ਉੱਤੇ ਕੱਢਣੀ ਡੇਲੀ ਦੀ, ਬਹੁਤ ਅੱਛੀ ਐਵਰੇਜ ਸੀਗੀ ਉਹ। ਸੋ ਇਟ ਮੀਨਸ ਤੁਸੀਂ 2-3 ਸ਼ਿਫਟਾਂ ਚਲਾਉਂਦੇ ਹੋ ਤਾਂ ਹੀ ਇਹ ਐਵਰੇਜ ਆ ਸਕਦੀ ਹੈ। ਅਤੇ ਉਸ ਵੇਲੇ ਨਾਲ ਹੀ ਅਸੀਂ ਕਿਹਾ ਪਹਿਲਾਂ ਜੀ 2 ਮਸ਼ੀਨਾਂ ਤੋਂ ਜ਼ਰੂਰ ਦੇ ਦਿਓ, ਉਹਨੇ ਕਿਹਾ ਇੱਥੇ ਲੋੜ ਹੈ, ਕਈ ਪੇਸ਼ੈਂਟ ਜਿਹੜੇ ਦੱਸਿਆ ਕਿ ਵੇਟਿੰਗ 'ਚ ਪੇਸ਼ੈਂਟ ਹੈਗੇ। ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਹਾਂ, ਸਾਡੇ ਟਸਟ ਦਾ ਇਹ ਹੁੰਦਾ ਕਿ ਜਿੱਥੇ ਜਾ ਕੇ ਸਾਨੂੰ ਥੋੜ੍ਹਾ ਜਿਹਾ ਹੋਏ ਕਿ ਨਹੀਂ ਵੀ ਇਹ ਮੈਂਬਰ ਸਾਹਿਬਾਨ ਕਹਿ ਲਓ ਜਾਂ ਡਾਕਟਰ ਸਾਹਿਬਾਨ ਦਾ ਇੰਟਰਸਟ ਹੈ ਪੂਰਾ ਕਰ ਰਹੇ ਨੇ, ਅਸੀਂ 1 ਮਿੰਟ ਲਾਉਂਦੇ ਹਾਂ ਉੱਥੇ ਦੇਖਣ ਕੋਸ਼ਿਸ਼ ਹੀ ਮੇਰੀ ਗੱਲ ਚਾਹੀਦਾ ਜੇ ਮੈਂ ਕਿਹਾ ਮੈਨੂੰ ਮੇਰੇ ਜਾਣ ਤੋਂ ਪਹਿਲਾਂ ਕਰਨਾ ਅਸੀਂ ਮਸ਼ੀਨਾਂ ਇੰਸਟਾਲ ਕਰਨੀਆਂ ਹੀ ਕਰਨੀਆਂ ਉੱਥੇ। ਮੈਂ ਕਿਹਾ 2-3 ਦਿਨ ਪਹਿਲਾਂ ਅਸੀਂ ਮਸ਼ੀਨਾਂ ਤੁਸੀਂ ਦਿਓ, ਦਿੱਲੀ ਸਾਡਾ ਸਟੋਕ ਪਿਆ ਹੁੰਦਾ, ਕਿਉਂਕਿ ਅਸੀਂ ਮੈਂ ਦੱਸਣਾ ਚਾਹਾਂਗਾ ਕਿ ਟਰੱਸਟ ਵੱਲੋਂ ਇਹ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਮੈਡੀਕਲ ਵਰਕ 'ਤੇ ਕੀਤੀ ਹੈ, ਐਜੂਕੇਸ਼ਨ ਸਾਡੀ ਚੱਲ ਰਹੀ ਹੈ, ਵਿਡੋ ਪੈਨਸ਼ਨ ਸਕੀਮ, ਸਾਡੇ ਕਾਫੀ ਸਕੀਮਾਂ 23-24 ਪ੍ਰੋਜੈਕਟ ਸਾਡੇ ਅੰਦਰ ਹੈਗੇ ਚੱਲਦੇ ਰਹੇ।
ਓਲਡ ਏਜ ਹੋਮ ਅਸੀਂ ਨਵਾਂ ਹੋਮ ਬਣਾਇਆ 60 ਰੂਮ ਦਾ ਉਮਰ ਚੱਲੀ ਸੀ ਰੈਜੋਲੂਸ਼ਨ ਕਰਨ ਅੱਜ ਵੀ ਅਸੀਂ ਉਸ ਤੋਂ ਬਾਅਦ ਜਿਹੜੇ ਬੜੇ ਦਰਾਹੇ ਚੱਲਦੇ ਆ ਉਹਦੀ ਵਿੱਚ ਸਾਡੀ ਉੱਥੋਂ ਹੋ ਕੇ ਚੱਲਾਂਗੇ ਸੋ ਇਸ ਤਰ੍ਹਾਂ ਇਸ ਸਾਲ ਦੇ ਵਿੱਚ ਅਸੀਂ 100 ਦੇ ਕਰੀਬ ਜਿਹੜੇ ਉਹਨਾਂ ਦਾ ਟੈਕਸਿਸ ਜਿਹੜੇ ਹੈ ਇਹ ਅਸੀਂ ਲਗਾ ਦਿੱਤੇ ਸਾਰੇ ਪੰਜਾਬ ਹਰਿਆਣਾ ਹਿਮਾਚਲ ਦੇ ਅੰਗੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਾਈਡ ਕੀਤਾ ਸੀ ਕਿ ਇਹ ਇਲਾਜ ਇੰਨਾ ਮਹਿੰਗਾ ਹੋ ਚੁੱਕਿਆ ਪ੍ਰਾਈਵੇਟ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਇਹ ਤਾਂ ਚੈਰੀਟੇਬਲ ਹੈ ਚਲੋ ਠੀਕ ਹੈ ਜਿਹੜੀ ਕੋਸਟ ਹੈ ਤੁਸੀਂ ਲੈ ਰਹੇ ਹੋ ਕੋਈ ਇੱਥੇ ਦਵਾਈ ਤਾਂ ਸੁਣਦਾ ਨਹੀਂ ਹੈ ਮੈਂ ਦੇਖਿਆ ਪੰਦਰੇ ਪਾ ਰਹੇ ਸਾਡੇ ਇੰਨੇ ਲੱਗ ਰਹੇ ਕੋਈ ਵੀ ਚੈਰੀਟੇਬਲ ਹੋਸਪਿਟਲ ਹੈ ਦੇਖੋ ਜੀ ਉਹ ਲੱਖਾਂ ਦੇ ਸਾਲ ਹਰ ਮਹੀਨੇ ਪੈਸਾ ਕਦੋਂ ਪੈਂਦਾ ਹੀ ਪੈਂਦਾ ਹੈ ਤੁਸੀਂ ਕਮਾ ਨਹੀਂ ਸਕਦੇ ਹੋ ਅਗਰ ਸਹੀ ਮੇਰਾ ਚੈਰੀਟੇਬਲ ਸੀ ਹੋਸਪਿਟਲ ਚਲਾ ਰਹੇ ਹਾਂ ਉਦੋਂ ਅਸੀਂ ਸੋਚਿਆ ਕਿ 24 ਯੂਨਿਟ ਲਵਾਂਗੇ ਤਾਂ ਸਾਡਾ ਪੰਜਾਬ ਕਵਰ ਹੋ ਜਾਂਦਾ ਲੇਕਿਨ ਨਹੀਂ ਹੋਇਆ ਫਿਰ ਅਸੀਂ 56 ਯੂਨਿਟ ਦੇ 56 ਯੂਨਿਟ ਲੱਗ ਕੇ ਅਸੀਂ ਪੰਜਾਬ ਹਰਿਆਣਾ ਹਿਮਾਚਲ ਦੇ ਉੱਥੇ ਕਵਰ ਕਰ ਲਵਾਂਗੇ ਉੱਥੇ ਵੀ ਗੱਲ ਨਹੀਂ ਬਣੀ ਅੱਜ ਮੈਂ ਇੰਨਾ ਕਹਿ ਸਕਦਾ ਕਿ ਅੱਜ ਦੀ ਡੇਟ 'ਚ ਅਸੀਂ ਜਿਹੜਾ ਟੈਕਸਿਸ 100 ਜਾਂ 150 ਜਾਂ 200 ਕਿਲੋਮੀਟਰ ਜਾਣਾ ਪੈਂਦਾ ਸੀ ਪੇਸ਼ੈਂਟ ਨੂੰ ਕਰਵਾਉਣ ਲਈ ਅੱਜ ਅਸੀਂ ਉਹਨੂੰ ਘਟਾ ਕੇ 40 ਕਿਲੋਮੀਟਰ 'ਤੇ ਲੈ ਆਏ ਸੀ ਲੇਕਿਨ 31 ਦਸੰਬਰ ਦੇ ਵਿੱਚ ਜਿਹੜਾ ਮੇਰਾ ਸਾਡੇ ਜੋ ਮਨ 'ਚ ਸਾਡੇ ਟਰਸਟ ਦਾ ਜੋ ਟੀਚਾ ਰੱਖ ਕੇ ਚੱਲੇ ਹਨ ਕਿ ਕਿਸੇ ਵੀ ਡਾਇਲਸਿਸ ਪੇਸ਼ੈਂਟ ਨੂੰ 15-20 ਕਿਲੋਮੀਟਰ ਤੋਂ ਬਾਅਦ ਨਹੀਂ ਜਾਣਾ ਪਏਗਾ ਕੋਲੇ ਪੰਜਾਬ ਮਨ ਵਾਸੀ ਸਾਰਾ ਕਵਰ ਕਰਤਾ ਦੁਆਬਾ ਤਕਰੀਬਨ ਸਾਡਾ ਸਾਰਾ ਕਵਰ ਹੋ ਗਿਆ ਹੁਣ ਇੱਥੋਂ ਚਲੋ ਤੁਸੀਂ ਪਟਿਆਲੇ ਸ਼ੁਰੂ ਹੋ ਜਾਓ ਰਾਜਪੁਰਾ ਹੋ ਗਿਆ ਮੋਹਾਲੀ ਹੋ ਗਿਆ ਰੋਪੜ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਗੜਸ਼ੰਕਰ ਹੈ ਫਗਵਾੜਾ ਹੋ ਗਿਆ ਤੁਹਾਡਾ ਬੰਗਾ ਹੋ ਗਿਆ ਲੁਧਿਆਣਾ ਹੋ ਗਿਆ ਉਸ ਤੋਂ ਅੱਗੇ ਮੈਂ ਜਲੰਧਰ ਹੁਸ਼ਿਆਰਪੁਰ ਇਹ ਤਕਰੀਬਨ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਹੁਣ ਇਹਨੂੰ ਅਸੀਂ ਥੋੜ੍ਹਾ ਜਿਹਾ ਏਰੀਆ ਘਟਾਉਣਾ ਕਿ ਪੇਸ਼ੈਂਟ ਨੂੰ ਦੂਰ ਕਰ ਦੇਣਾ ਪਵੇ ਸੋ ਇਸ ਤਰ੍ਹਾਂ ਸਾਡੇ ਸਾਰੇ ਕਾਫੀ ਸੀਟਸ ਅਸੀਂ ਹੋ ਵੀ ਦੇ ਰਹੇ ਹਾਂ ਮੈਡੀਕਲ ਬੰਦੇ ਇਹ ਬੜਾ ਅੱਛਾ ਲੱਗਿਆ ਬੜੇ ਲਗਨ ਨਾਲ ਤੁਸੀਂ ਕੰਮ ਕਰਦੇ ਹੋ ਟਰਸਟ ਵੱਲੋਂ ਸਾਡੇ ਛਾਪਾ ਜੀ ਜਿਹੜੇ ਲੁਧਿਆਣਾ ਡਿਸਟ੍ਰਿਕਟ ਦੇ ਚਾਹੀਦੇ ਨੇ ਅਸੀਂ ਤਾਂ ਸਾਡਾ ਤਾਂ 3.5 ਸਾਲ ਪੁਰਾਣਾ ਜੀ ਜਿਹੜਾ ਪੁਰਾਣਾ ਨਹੀਂ ਹੈ ਲੇਕਿਨ 3.5 ਸਾਲ ਦੇ ਵਿੱਚ ਪਹਿਲਾਂ ਸਾਡੀ 1 ਬ੍ਰਾਂਚ ਸੀ ਅੱਜ ਸਾਡੀ 64 ਬ੍ਰਾਂਚਿਸ ਹੈ ਪੰਜਾਬ ਦੇ 4-8 ਸਾਲੇ 25 ਬ੍ਰਾਂਚ ਹੈ ਉਸ ਨੂੰ ਮੈਂਬਰ ਸਾਡਾ ਹੈਗਾ ਜਿਹੜਾ ਇਸ ਟਰਸਟ ਦੇ ਨੰਬਰ ਨਾਲ ਨਾਲ ਜੁੜੀ ਕੰਮ ਕਰ ਰਿਹਾ ਔਰ ਜਿਹੜਾ ਜਿਹੜੇ 1400 ਮੈਂਬਰਾਂ ਦੀ ਗੱਲ ਕੀਤੀ ਹੈ ਇਹਨਾਂ ਤੋਂ ਸਾਰੇ ਵਰਕੀਆਂ ਦਾ ਕੋਈ ਵੀ ਸੈਲਰੀ ਨਹੀਂ ਹੈ ਡਾਕਟਰ ਅਮਰ ਸਿੰਘ ਲੱਲਾ ਜੀ ਹੈ ਕਾਫੀ ਲਾਈਨ ਤੋਂ ਹੈ ਨਹੀਂ ਕਾਫੀ ਲਾਈਨ ਤੋਂ ਹੈ ਨਹੀਂ ਕਿਉਂਕਿ ਸਾਡਾ ਜਿੰਨਾ ਸਾਡਾ ਮੈਡੀਕਲ ਦਾ ਸਿਸਟਮ ਹੈ ਚਾਹੇ ਅਸੀਂ ਅੱਖਾਂ ਦੇ ਪੇਸ਼ੈਂਟ ਸਾਡੇ ਹੋ ਰਹੇ ਚਾਹੇ ਹਾਰਟ ਦਾ ਚਾਹੇ ਕੁਛ ਵੀ ਹੋ ਰਿਹਾ ਜਾਂ ਕੋ
ਕੁਛ ਵੀ ਹੈ, ਚਾਹੇ ਆਈ ਸੀ ਯੂ ਕਰਨਾ ਸੀ, ਉਹ ਪੂਰੀ ਸਾਡੀ ਕੋਸ਼ਿਸ਼ ਹੋ ਜਾਵੇਗੀ ਕਿ ਅਸੀਂ ਗੱਲ ਕਰ ਰਹੇ ਹਾਂ ਇਹ ਵਜੇ ਪਹੁੰਚਾਈਏ ਬਾਹਰ ਆਮ ਪਬਲਿਕ। ਦੇਖੋ ਤੁਹਾਡਾ ਵੀ ਮਕਸਦ ਉਹੀ ਹੈ, ਤੁਸੀਂ ਜੇ ਜਿਸ ਜਗ੍ਹਾ ਦੇ ਬੈਠੇ ਹੋ ਇੱਥੇ ਅਮੀਰ ਤਾਂ ਆਉਣ ਹੋਵੇ, ਉਹਨਾਂ ਨੇ ਆਉਣਾ ਨਹੀਂ ਗਾ ਇੱਥੇ, ਇਹ ਜਿਹਨਾਂ ਦੀ ਏਰੀਆ ਸਾਰਾ ਇੱਥੇ ਸਰ ਸਲੰਮ ਏਰੀਆ ਸਾਰਾ ਪੈਰ ਹੋਣਾ ਜੀ, ਸੋ ਇਹਨੂੰ ਜਿਹੜੀ ਸਪੋਰਟ ਮਿਲਣੀ ਬਹੁਤ ਜ਼ਰੂਰੀ ਸੀ, ਜਿਹੜੀ ਅੱਜ ਦੀ ਹੈਲਪ ਕਰ ਰਹੇ ਹੋ, ਸੇਵਾ ਕਰ ਰਹੇ ਉਹਨਾਂ ਦੀ ਇਹਦੀ ਬਹੁਤ ਲੋੜ। ਇਹੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਇੱਥੇ ਪੈਸਾ ਲੱਗ ਰਿਹਾ ਕਿਤੇ ਸਹੀ ਜਗ੍ਹਾ ਲੱਗੇ, ਉੱਥੇ ਪਹੁੰਚੇ ਵੀ ਜਿੱਥੇ ਵਾਕਈ ਜ਼ਰੂਰਤ ਸੀ, ਉਹ ਅਸੀਂ ਪੂਰੀ ਦਿੱਤੀ ਹੈ, ਚਾਹੇ ਉਹ ਵਿਡੋ ਪੈਨਸ਼ਨ ਸਕੀਮ ਸਾਡੀ ਸਕੀਮ ਚੱਲ ਰਹੀ ਹੈ, ਤੁਸੀਂ ਵੀ ਸਗੋਂ ਦੱਸੋ ਸਾਡੇ ਨਾਲ ਪੰਜਾਬ ਦੇ। ਸਾਡੀ ਵਿਡੋ ਪੈਨਸ਼ਨ ਸਕੀਮ ਅਸੀਂ ਸ਼ੁਰੂ ਕੀਤੀ ਸੀ ਆਈ ਟੋ ਕੋਈ 3 ਸਾਲ ਪਹਿਲਾਂ, ਅੱਜ ਸਾਡੇ ਕੋਈ 6,600 ਦੇ ਕਰੀਬ ਸਾਡੀ ਵਿਡੋਜ਼ ਹੈਗੀਆਂ ਜਿਹਨਾਂ ਨੂੰ ਅਸੀਂ ਹਰ ਮਹੀਨੇ ਪੈਨਸ਼ਨ ਦੇ ਰਹੇ ਹਾਂ। ਇਹ ਪੈਨਸ਼ਨ 7,500 ਤੋਂ ਸ਼ੁਰੂ ਹੋ ਕੇ ਅਤੇ 3,000 ਰੁਪਏ ਮਹੀਨੇ ਤੱਕ ਮਿਲਦੀ ਹੈ, ਸੋ ਹਰ ਮਹੀਨੇ ਜਿਹਨਾਂ ਨੂੰ ਮਿਲਦੀ ਹੈ। ਇਸ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਅਸੀਂ ਕੋਈ 2,500 ਬੱਚਿਆਂ ਦੇ ਜੋਬ ਹੁੰਦਾ ਹੈ ਜਿਹੜਾ ਹਾਇਰ ਸਟੱਡੀ ਦਾ ਪਲੱਸ ਟੂ ਤੋਂ ਬਾਅਦ, 11,500 ਬੱਚਿਆਂ ਦੀ ਸਲਾਮ ਏਰੀਏ ਦਾ ਅਡੋਪਟ ਕੀਤਾ ਹੋਇਆ, ਪੂਰੀ ਸਾਰੇ ਨਾਲ ਚੱਲ ਰਹੇ ਨੇ, ਸਾਰੇ ਪੰਜਾਬ ਹਰਿਆਣਾ ਹਿਮਾਚਲ। ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਇਕੱਲਾ ਪੰਜਾਬ ਲਈ ਕੰਮ ਨਹੀਂ ਕਰ ਰਹੇ,
ਸਾਡਾ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਜੇ ਐਂਡ ਕੇ ਸਭ ਦਾ ਭਲਾ ਨਹੀਂ ਸਭ ਦਾ ਭਲਾ ਸਭ ਦਾ ਇਹਦੇ 'ਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਕੋਈ ਏਰੀਆ ਨਹੀਂ ਕੋਈ ਚੀਜ਼ ਨਾ ਕੁਛ ਦੇਖਿਆ ਜਾਂਦਾ ਜਿੱਥੇ ਕੋਈ ਪੇਸ਼ੈਂਟ ਸਾਡੇ ਨਾਲ ਸਾਡੀਆਂ ਅੱਖਾਂ ਬੰਦ ਹੁੰਦੀਆਂ ਸੀ ਅਤੇ ਜਿਹੜੇ ਪੇਸ਼ੈਂਟ ਆ ਗਿਆ ਇਹ ਵੀ ਕਿਹੜੀ ਯਾਦ ਆ ਗਿਆ ਅਤੇ ਕਿੱਥੋਂ ਆ ਗਿਆ ਕਿਸੇ ਨਹੀਂ ਤੁਹਾਡੇ ਨਹੀਂ ਹਾਂ ਸੋ ਇਸ ਤਰ੍ਹਾਂ ਸਾਡਾ ਮੇਨ ਇਹੀ ਹੈ ਕਿ ਸਹੀ ਜਗ੍ਹਾ 'ਤੇ ਦਾਨ ਹੋਈ ਜਿਹੜਾ ਸਹੀ ਜਗ੍ਹਾ ਪਹੁੰਚੇ ਸਹੀ ਉਹ ਸਾਡੇ ਖੁਸ਼ ਹੋ ਗਏ ਹੁਣ ਅਸੀਂ ਪੰਜਾਬ ਹਰਿਆਣਾ ਹਿਮਾਚਲ ਤਿੰਨ ਸਟੇਟਾਂ ਅਸੀਂ ਜੁੜੇ ਹਾਂ ਅਡੋਪਟ ਕੀਤੇ ਉਹਨਾਂ ਨੇ ਦੇਖਣ 'ਚ ਆਇਆ ਸੀ ਕਿ ਬਟਾਲਾ ਹੋ ਗਿਆ ਬਠਿੰਡਾ ਹੋ ਗਿਆ ਜਾਂ ਤੁਹਾਡਾ ਪੈਸੇ ਦੀ ਵਜ੍ਹਾ ਕਰਕੇ ਅਤੇ ਇਹਨਾਂ ਦੀ ਬੱਚਾ ਪੜ੍ਹਾਈ ਜਾਂਦਾ ਸੀ ਸੋ ਉਹ ਅਸੀਂ ਨਹੀਂ ਬੋਲਣਾ ਸਾਡੀ ਇਹ ਕੋਸ਼ਿਸ਼ ਹੈ ਕਿ ਅਗਰ ਬੱਚਾ ਲਾਇਕ ਹੈ ਪੈਸੇ ਨਹੀਂ ਹੈ ਤਾਂ ਅਸੀਂ ਉਹਨੂੰ ਸੋ ਇਸ ਤਰ੍ਹਾਂ ਸਕੀਮਾਂ ਸਾਡੀਆਂ ਕਾਫੀ ਸਕੀਮਾਂ ਲੰਬਾਈ ਦੇ ਵਿੱਚ ਸਾਡੇ ਕਹਿੰਦੇ ਆ ਸੋ ਪੂਰਾ ਜ਼ਰੂਰ ਬਿਲਕੁਲ ਤੁਹਾਨੂੰ ਕਿਤੇ ਸੇਵਾਵਾਂ ਲੈ ਸਕਦੇ ਹੋ ਸਾਡੇ ਆਪਣੇ ਚਾਹੀਦੇ ਹੋ ਟੱਸਦੀਆਂ ਜ਼ਰੂਰ ਲਓ ਔਰ ਮੈਂ ਅਸੀਂ ਮਤਲਬ ਹੱਥ ਮਿਲਾ ਕੇ ਆਪਸ ਅਸੀਂ ਕੰਮ ਬੈਠੇ ਨੇ ਪੰਜਾਬ ਕੇਸਰੀ 'ਚ ਮੇਰਾ ਬਹੁਤ ਪਿਆਰ ਹੈ ਜੀ ਬਾਬੂ ਜੀ ਹੋਰਾਂ ਨਾਲ ਸਾਡਾ ਬਹੁਤ ਪਿਆਰ ਹੈ ਔਰ ਉਹਨਾਂ ਕੋਲ ਬੜਾ ਕੁਛ ਸਿੱਖਣ ਨੂੰ ਮਿਲਿਆ ਜਿੱਥੇ ਅਸੀਂ ਬੱਚੇ ਅਡੋਪਟ ਕਰਦੇ ਸੀ ਨਾ ਅਤੇ ਬਾਬੂ ਜੀ ਮੈਨੂੰ ਕਿਹਾ ਕਹਿੰਦੇ ਕਹਿੰਦੇ ਪੈਸਾ ਕੁਛ ਨਾ ਕੁਛ ਬੱਚੇ ਦਾ ਗਰੁੱਪ ਆਇਆ ਕਰੋ ਅਸੀਂ 100% ਫੀਸ ਮਾਫ਼ ਕਰ ਦਿੰਦੇ ਸੀ ਉਹਨਾਂ ਦੇ ਕਹਿਣ ਤੋਂ ਬਾਅਦ ਮੈਂ ਕਿਹਾ ਬਿਲਕੁਲ ਠੀਕ ਹੈ ਉਹ ਕਹਿੰਦੇ ਬੱਚੇ ਨੇ ਚਾਹੇ 500 ਰੁਪਇਆ ਪਾਇਆ ਹੁੰਦੇ ਜੇਬ 'ਚੋਂ ਉਹਨੂੰ ਉਸ 500 ਰੁਪਏ ਦੀ ਜਿਹੜੀ ਦਰਦ ਉਹ ਜ਼ਿਆਦਾ ਹੋਏਗਾ ਤੁਸੀਂ ਲੱਖਾਂ ਲਾ ਦੋਗੇ ਉਹਦੀ ਕੋਈ ਇੰਨੀ ਵੈਲਿਊ ਨਹੀਂ ਪੈਣੀ ਉਹ ਗੱਲ ਸੀ ਪੱਲੇ ਬੱਲ ਲਈ ਉਸ ਤੋਂ ਬਾਅਦ ਅਸੀਂ ਚਾਹੇ ਕੋਈ ਮੈਡੀਕਲ ਹੁੰਦਾ ਚਾਹੇ ਐਜੂਕੇਸ਼ਨ ਦਾ ਚਾਹੇ ਕੁਛ ਲੈਣਾ ਜਾਂ ਅਸੀਂ ਉਹ ਬੱਚੇ ਦਾ ਕੁਛ ਨਾ ਕੁਛ ਹਿੱਸਾ ਜ਼ਰੂਰ ਪਾਉਂਦੇ ਹਾਂ ਉਹ ਗੱਲਾਂ ਅਸੀਂ ਕਈ ਗੱਲਾਂ ਸਮਝ ਰਹੇ ਹਾਂ ਸ਼੍ਰੀਨਗਰ ਗਏ ਆਪਾਂ ਸਭ ਤੋਂ ਪਹਿਲਾਂ ਮੈਨੂੰ ਲਿਜਾਣ ਵਾਲੇ ਬਾਬੂ ਜੀ ਸੀ ਜਿੱਦਣ ਅਸੀਂ ਬਲੱਡ ਸਪੈਂਡ ਲਾਇਆ ਨਾ ਇੱਥੇ ਦਵਾਣੇ ਅਸੀਂ ਜਦੋਂ ਹੁੰਦਾ ਸੀ ਡੇਂਗੂ ਦਾ ਉੱਥੇ ਹੈ ਨਹੀਂ ਸੋ ਸੀਰੀਅਸ ਕੋਈ ਉੱਥੇ ਜਾਣੇ ਸੀ ਗੱਲ ਸ਼ਹਿਰ ਉਹ ਸੀਰੀਅਸ ਉਦੋਂ ਵੀ ਬਾਬੂ ਜੀ ਆਪਾਂ ਇਕੱਠੇ ਸੀ ਨੇ ਉਹ ਤੇ ਲਵਾਇਆ ਕਰਦੇ ਅਸੀਂ ਪਿੱਛੇ ਨੂੰ ਰੱਖ ਦਿੱਤਾ 2 ਮਹੀਨੇ ਪਹਿਲਾਂ ਉਹਨਾਂ ਉਹ ਕਰਦੇ ਆ ਸ਼੍ਰੀਨਗਰ ਮੈਨੂੰ ਕਹਿੰਦੇ ਵੀ ਉਹ ਟਰੱਕ ਭੇਜਦੇ ਹੁੰਦੇ ਨੇ ਬਹੁਤ ਚੱਲਦੇ ਭੇਜਦੇ ਨੇ ਹੁਣ ਤਾਂ ਨਹੀਂ ਜਾਣੇ ਕਿੰਨੇ ਹੋ ਜਾਣੇ 400 ਕਿੱਥੇ ਕਾਫੀ ਹੋ ਜਾਂਦੇ ਆ ਉਦੋਂ ਵੀ 250 ਅਤੇ ਮੈਨੂੰ ਕਹਿੰਦੇ ਵੈਸਾ ਟਰੱਕ ਮੈਂ ਨਹੀਂ ਟਰੱਕ ਦੇਣਾ ਕਹਿੰਦਾ ਨਾ ਇੱਦਾਂ ਨਹੀਂ ਲੈਣਾ ਤੁਹਾਨੂੰ ਤੁਹਾਨੂੰ ਨਾਲ ਜਾਣਾ ਪੈਣਾ ਹੁਣ ਇੱਕੋ ਸ਼ਰਤ ਹੁੰਦੀ ਉਹਨਾਂ ਦੀ ਕਿ ਜੇ ਟਰੱਕ ਦੇਣਾ ਤੁਸੀਂ ਤੁਸੀਂ ਨਾ ਜਾਣਾ ਆਪਾਂ ਵੀ ਨਾਲ ਗਏ ਜੀ ਤੁਸੀਂ ਉੱਥੇ ਜਾ ਕੇ ਦੇਖਿਆ ਮੈਂ ਪਹਿਲੀ ਵਾਰ ਗਿਆ ਸੀ ਸਾਡਾ ਟਰੱਕ ਖੜਾ ਹੋਇਆ ਅਤੇ ਚਾਵਲਾਂ ਦੀਆਂ ਬੋਰੀਆਂ ਸੀਗੀਆਂ ਲੋਕ ਟੁੱਟ ਕੇ ਪੈ ਗਏ ਕੋਈ ਬੋਰੀ ਉੱਥੋਂ ਖੋਲਿਆ ਉੱਥੋਂ ਖੋਲਿਆ ਬੜਾ ਅਜੀਬ ਜਿਹਾ ਫੀਲ ਹੋਇਆ ਫਿਰ ਅਸੀਂ ਇੱਥੇ ਆਪਣਾ ਆਫਿਸ ਖੋਲਿਆ ਪਹਿਲਾਂ ਜਦੋਂ ਬੰਦੀ ਕਿੰਨੇ ਕਈ ਸੈਂਕੜੇ ਟਰੱਕ ਅਸੀਂ ਭੇਜ ਚੁੱਕੇ ਹਾਂ ਬਲੈਂਕਟਸ ਭੇਜ ਚੁੱਕੇ ਹਾਂ ਜੱਸੀਆਂ ਹੋ ਗਈਆਂ ਉਦੋਂ ਉਹਨਾਂ ਦਿਨਾਂ 'ਚ ਫਿਰ ਜਦੋਂ ਉੱਥੇ ਫਲੱਡ ਆ ਗਏ ਸਾਡੇ ਆਫਿਸ ਖੁੱਲ੍ਹੇ ਹੋਏ ਸੀ ਉਹ ਜਿਹੜਾ ਕੱਲ੍ਹ ਅਸੀਂ ਘੱਟੋ ਘੱਟ ਤਾਂ ਕਹਿ ਸਕਦੇ ਹਾਂ 20-25 ਲੱਖ ਦੀ ਤਾਂ ਅਸੀਂ ਮੈਡੀਸਨ ਭੇਜੀ ਉੱਥੇ ਕੈਂਪ ਲੱਗ ਗਏ ਪੂਰੇ ਸਾਡੇ ਦਵਾਈਆਂ ਸਾਰੀਆਂ ਫ੍ਰੀ ਉਸ ਤੋਂ ਪਹਿਲਾਂ ਜੋ ਸਮਾਨ ਸਮੱਗਰੀ ਦੇਣੀ ਸੀ ਉਹ ਖਰੀਦ ਕੀਤੀ ਉਸ ਤੋਂ ਪਹਿਲਾਂ ਅਸੀਂ ਖੋਲ੍ਹ ਚੁੱਕੇ ਸੀ ਉੱਥੇ 8 ਕੰਪਿਊਟਰ ਸੈਂਟਰ ਅਤੇ 6 ਸਿਲਾਈ ਸੈਂਟਰ ਖੋਲ੍ਹ ਚੁੱਕੇ ਸੀ 3-4 ਇੱਕ ਜਗਦੀਪ ਖਾਨਾ ਉਹ ਅਸੀਂ ਲੋਕ ਕਰ ਚੁੱਕੇ ਸੀ 3-4 ਸਕੂਲ ਲੋਕ ਕਰ ਚੁੱਕੇ ਸੀ ਲੇਕਿਨ ਜਿਸਦੀਆਂ ਪਾਣੀ ਪੂਣੀ ਆ ਗਿਆ ਸਭ ਕੁਛ ਰੁੜ ਗਿਆ ਸਾਰਾ ਲੇਕਿਨ ਉੱਥੋਂ ਦੇ ਪ੍ਰਸ਼ਾਸਨ ਨੇ ਉੱਥੋਂ ਦੇ ਡੀਸੀ ਸਾਹਿਬ ਪ੍ਰਸ਼ਾਸਨ ਸਾਹਿਬ ਸਾਡੇ ਹਰ ਟਾਈਮ ਸਾਡਾ ਪੂਰਾ ਸਾਥ ਦਿੰਦੇ ਜਦੋਂ ਅਸੀਂ ਲਾਈ ਦੇ ਸਨ ਪੂਰਾ ਸਾਥ ਦਿੰਦੇ ਜਾ ਰਹੇ ਸੋ ਇਸ ਤਰ੍ਹਾਂ ਦੇ ਕੰਮ ਕਾਫੀ ਚੱਲਦੇ ਰਹੇ ਉੱਥੇ ਹੁਣ ਵੀ ਜਾਰੀ ਨੇ ਖੈਰ ਉਹਨਾਂ ਤੱਕ ਜਾ ਹੀ ਰਹੇ ਨੇ ਅਸੀਂ ਹੋਰ ਪਾਸੇ ਜਿਹੜਾ ਹੋ ਗਏ ਸੀ ਦੂਸਰੀ ਸੇਵਾ ਕਰਨੀ ਸ਼ੁਰੂ ਕਰਤੀ ਇੱਕ ਅਸੀਂ ਸਭ ਤੋਂ ਪ੍ਰਯੋਗ ਕੀਤਾ ਸ਼ਾਦੀਆਂ ਦਾ ਕੀਤਾ ਇੱਕ ਪਿੰਡ ਦਾ ਗੱਲ ਦੱਸਾਂਗਾ ਇੱਕ ਪਿੰਡ ਅਸੀਂ ਗਏ ਅਤੇ ਉੱਥੇ ਕੋਈ ਲੜਕੀਆਂ ਮਿਲੀਆਂ ਸਾਨੂੰ ਲੇਡੀਜ਼ 50 ਸਾਲ ਦੀ 50 ਸਾਲ ਦੀਆਂ ਅਤੇ ਮੈਂ ਕਿਹਾ ਬੇਟਾ ਤੇਰੇ ਬੱਚੇ ਕਿੰਨੇ ਕਹਿੰਦੀ ਸਰ ਬੱਚੇ ਕਿੱਥੋਂ ਸਾਡਾ ਵਿਆਹ ਨਹੀਂ ਹੋਇਆ 3-4 ਦੱਸੀਆਂ ਮੈਂ ਤਾਂ ਕੁਛ ਇੰਨੇ ਵਿਆਹ ਨਹੀਂ ਹੋਇਆ ਵਿਆਹ ਤੁਸੀਂ ਕਰਾਏ ਰਿਸ਼ਤਾ ਨਹੀਂ ਮਿਲਿਆ ਜਾਂ ਕੀ ਗੱਲ ਸੀ ਕਹਿੰਦੇ ਰਿਸ਼ਤੇ ਸਭ ਹੈ ਲੇਕਿਨ ਇੱਥੇ ਤਾਂ ਦੋ ਟਾਈਮ ਦਾ ਖਾਣਾ ਮੁਸ਼ਕਲ ਹੈ ਵਿਆਹ ਬਾਰੇ ਸੋਚ ਨਹੀਂ ਸਕਿਆ
ਉਸੇ ਪਿੰਡ ਦੇ ਵਿੱਚ ਬਾਈ ਬਾਈ ਚੇਤੀ ਸਾਹਿਬ ਦੀਆਂ ਤਿੰਨ ਚਾਰ ਕੁੜੀਆਂ ਸੀਗੀਆਂ। ਮੈਂ ਕਿਹਾ ਬੇਟਾ ਤੁਸੀਂ ਵਿਆਹ ਕਰਾਓਗੇ? ਉਹ ਪੱਖਾ ਜੋ ਉਹਦੇ ਪਾਣੀ ਆ ਗਿਆ ਤਾਂ ਸਾਡਾ ਵਿਆਹ ਹੋਏਗਾ। ਸੋ ਆਹ ਵੈਡਿੰਗ ਸੀ ਉਹਨਾਂ ਦੇ। ਉਦੋਂ ਫਿਰ ਡਿਸਾਈਡ ਕੀਤਾ, ਮੈਂ ਕਿਹਾ ਜੀ ਅਸੀਂ ਪਹਿਲੇ ਦੌਰ ਦੇ ਵਿੱਚ ਅਸੀਂ ਇੱਕ ਸਾਲ ਦੇ ਵਿੱਚ 250 ਦਾ ਰੇਟਾ ਬੁਲਾਵਾਂਗੇ, ਜਿਸ ਤਰ੍ਹਾਂ ਅਸੀਂ ਇੱਥੇ ਕਰ ਰਹੇ ਪੰਜਾਬ ਹਰਿਆਣੇ ਅਸੀਂ ਕਰ ਰਹੇ ਹੋਵਾਂਗੇ। ਸਾਡੇ ਹੁਣ ਤੱਕ ਤਕਰੀਬਨ ਕੋਈ 21 ਮੈਂਬਰਸ ਅਸੀਂ ਕਰ ਚੁੱਕੇ ਹਾਂ, ਜਿਹਨਾਂ ਵਿੱਚ 480 ਦੇ ਕਰੀਬ ਮੁਕਾਬਲਾ ਜਿੱਤਿਆ ਮੁਸਲਮਾਨਾਂ ਦੇ ਕੰਨਾ ਏਰੀਆ ਦਾ ਤੁਹਾਡਾ ਵਧੀਆ ਕੁਛ ਏਰੀਆ ਸਾਨੂੰ ਅਤੇ ਮੁਸਲਮਾਨੀ ਏਰੀਆ ਉਹ ਵੀ ਨਾ ਹੀ ਹੋਣਗੇ। ਸੋ ਉੱਥੇ ਅਸੀਂ ਇਹ ਸਕੀਮ ਸ਼ੁਰੂ ਕੀਤੀ, ਉਹ ਤੋਂ ਫਰੰਟ ਆ ਕੇ ਸਾਰਾ ਕੰਮ ਰੁਕ ਗਿਆ। ਹੁਣ ਦੁਬਾਰਾ ਫਿਰ ਸਕੀਮਾਂ ਸ਼ੁਰੂ ਹੋ ਗਈਆਂ, ਕਿਉਂਕਿ ਉੱਥੇ ਤਾਂ ਇਹ ਹੈ ਕਿ ਲੜਕੀਆਂ ਬਿਲਕੁਲ ਜਵਾਨ ਲੜਕੀਆਂ ਹੋਈਆਂ, ਮਤਲਬ ਇੰਨੀ ਜ਼ਿਆਦਾ ਗਰੀਬੀ ਹੈ ਕਿ ਅਸੀਂ ਪੰਜਾਬ ਦੇ ਬਹੁਤ ਸੌਖੇ ਬੈਠੇ ਹੋਏ ਹਾਂ। ਸ਼੍ਰੀਨਗਰ ਭਾਈ ਸਾਹਿਬ ਡਾਕਟਰ ਸਾਹਿਬ ਤੁਹਾਡੇ ਅਸੀਂ ਖਾਸ ਤੌਰ ਬਹੁਤ ਗਏ ਨਾ, ਉੱਥੇ ਤਾਂ ਇਹਦੇ ਨਾਲ ਹੀ ਬੁਰਾ ਹਾਲ ਹੈ। ਅਸੀਂ ਇਹਨੂੰ ਕਹਿੰਦੇ ਨਾ ਵੀ ਬਹੁਤ ਬੁਰੀ ਹਾਲਤ ਹੈ, ਸ਼੍ਰੀਨਗਰ ਇਹਦੇ ਨਾਲ ਜ਼ਿਆਦਾ ਬੁਰੀ ਹਾਲ। ਸੋ ਇਸ ਲਈ ਸਕੀਮਾਂ ਸਾਡੀਆਂ ਕਾਫੀ ਚੱਲ ਰਹੀਆਂ ਨੇ ਜੀ, ਅਤੇ ਫਿਰ ਵੀ ਆਪਾਂ ਨੈਕਸਟ ਮਿਲਦੇ ਲਾਂਗੇ, ਤੁਹਾਨੂੰ ਹੋਰ ਵੀ ਐਕਸਪਲੇਨ ਕਰਾਂਗੇ। ਇੱਕ ਗੱਲ ਹੋਰ ਪਰਮਾਤਮਾ ਦੇ ਦੇਖਿਆ, ਆਪਾਂ ਇੱਕ ਮਹਿਸੂਸ ਕਰਦੇ ਹਾਂ ਕਿ ਉਹ ਪਰਮਾਤਮਾ ਹੈ, ਉਹਦੀ ਕੋਈ ਸ਼ਕਤੀ ਹੈ, ਫਿਰ ਆਪਾਂ ਸੋਚਦੇ ਵੀ ਕਿਰਪਾ ਵਰਸੀ, ਕਿਰਪਾ ਦੇ, ਕਿਰਪਾ ਕਰੋ। ਕਿਰਪਾ ਸ਼ਬਦ ਐਸਾ ਕੋਈ ਚੀਜ਼ ਦੇਖਿਆ ਨਹੀਂ, ਦੇਖਿਆ ਨਾ, ਮਹਿਸੂਸ ਕਰ ਸਕਦੇ ਹਾਂ। ਆਹ ਜੋ ਡਾਕਟਰ ਸਾਹਿਬ ਨਾਲ ਮਿਲ ਕਰਦੇ ਉਹ ਡਾਕਟਰ ਸਾਹਿਬ ਨੂੰ ਮਿਲਦੇ, ਆਹ ਜੋ ਕਿਰਪਾ ਸਰੂਪ ਸਾਰਾ ਸਿਸਟਮ ਦੇਖਿਆ, ਆਹ ਇਹਨੂੰ ਕਿਰਪਾ ਕਹਿੰਦੇ ਨੇ। ਇਹ ਪ੍ਰਭੂ ਦੀ ਸਾਖਸ਼ਾਤ ਕਿਰਪਾ ਜਾਂ ਉੱਪਰ ਹੈ, ਉਹ ਕਿਰਪਾ ਦੇਖੋ, ਇਹਨੂੰ ਕਹਿੰਦੇ ਕਿਰਪਾ ਦੇਖਣਾ। ਸਭ ਨੂੰ ਪਹਿਲਾ ਕੰਮ ਸੀ ਅਸੀਂ ਕਿਰਪਾ ਦਾ ਸਭ ਦੇ, ਇਹਨੂੰ ਕਹਿੰਦੇ ਕਿਰਪਾ। ਸਰ ਜਦੋਂ ਮੁੰਡੇ ਬੜੇ ਸੀ 74 ਪਹਿਲੀ ਰਾਤ ਅਸੀਂ ਖੁਸ਼ ਨਸੀਬ ਨਾਲ ਅੱਜ ਦੀ ਮੀਟਿੰਗ ਬਹੁਤ ਧੰਨਵਾਦ ਇਸ ਵਿਸ਼ਾ ਸਾਡੀ ਸਾਡੀ ਇਤਿਹਾਸਿਕ ਦੀ ਨਾ ਪੂਰੇ ਸਾਡੇ ਅੰਦਰ ਦੀ ਪੂਰੇ ਮਨ ਦੇ ਅੰਦਰ ਚੱਪੀ ਰੂਪ ਅੱਜ ਮੈਂ ਉਪਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਸਾਡੀ ਸੰਸਥਾ ਦਾ ਵਿਜ਼ਿਟ ਕਰਕੇ 2 ਡੈਲਸੀ ਮਸ਼ੀਨਾਂ ਜਿਹੜੀਆਂ ਸਾਨੂੰ ਡੋਨੇਟ ਕੀਤੀਆਂ, ਅਸੀਂ ਜਿਹੜੀਆਂ ਹੁਣ ਪ੍ਰੋਪਨਿੰਗ ਕਰਕੇ ਆਏ ਹਾਂ, ਅਤੇ ਉਹਨਾਂ ਲੋਕਾਂ ਨੂੰ ਫਾਇਦਾ ਉਹਦਾ ਹੋਣਾ ਜਿਹੜੇ ਲੋਕ ਅੱਜ ਆਪਣਾ ਡੈਲਸੀ ਕਰਵਾਉਣ ਦੇ ਸਮਰੱਥ ਨਹੀਂ ਹੈ। ਔਰ ਮੇਰਾ ਖਿਆਲ ਹੈ ਵੀ ਜੇ 8-10 ਹਜ਼ਾਰ ਰੁਪਇਆ ਕੋਈ 15 ਹਜ਼ਾਰ ਰੁਪਇਆ ਲੈਂਦਾ ਹੋਵੇ ਤਾਂ ਉਹਨੂੰ ਪਰਮਾਤਮਾ ਨਾ ਕਰੇ ਕਿ ਪਹਿਲਾਂ ਤਾਂ ਇਹ ਪ੍ਰੋਬਲਮ ਆਵੇ ਨਾ, ਅਗਰ ਚਾਂਸਲੀ ਆ ਜਾਵੇ ਤਾਂ ਮੇਰਾ ਖਿਆਲ ਹੈ ਵੀ ਉਹ ਆਪਣਾ ਡੈਲਸੀ ਨਹੀਂ ਕੰਪਲੀਟ ਕਰਾ ਸਕਦਾ। ਇਹ ਹਸਪਤਾਲ ਦੇ ਅੰਦਰ ਬਹੁਤ ਮਿਨੀਮਮ ਚਾਰਜਿਸ 800 ਤੋਂ 900 ਰੁਪਈਆ ਜਿਹੜਾ ਅਸੀਂ ਚਾਰਜ 700 ਰੁਪਇਆ ਚਾਰਜ ਕਰ ਰਹੇ ਹਾਂ, ਔਰ ਜਿਹੜਾ ਸਾਡਾ ਕੋਸਟ 1 ਡੈਲਸੀ ਦੀ ਪੈਂਦੀ ਹੈ, ਅਗਰ ਉਹਦੇ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਵੀ ਇਹ ਡੈਲਸੀ ਜੇ ਪੇਸ਼ੈਂਟ ਨਹੀਂ 700 ਰੁਪਇਆ ਵੀ ਦੇ ਸਕਦਾ ਤਾਂ ਅਸੀਂ ਉਹਦਾ ਡੈਲਸੀ ਫ੍ਰੀ ਕਰੀਏ, ਇਹ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ। ਕਿਉਂ ਸਮਾਜ ਦੇ ਅੰਦਰ ਇੱਕ ਮੈਸੇਜ ਥੋੜ੍ਹੀ ਜਿਹੀ ਮੌਕੇ 'ਤੇ ਜ਼ਰੂਰ ਜਾਣਾ ਚਾਹੀਦਾ ਤਾਂ ਕਿ ਪੇਸ਼ੈਂਟ ਨੂੰ ਦੇਣ ਵਾਲੇ ਨੂੰ ਦੇਣ ਦੀ ਤਕਲੀਫ ਨਾ ਹੋਵੇ, ਨਾ ਦੇਣ ਵਾਲੇ ਨੂੰ ਉਹਦਾ ਇਲਾਜ ਹੋਵੇ। ਇਹ ਬਹੁਤ ਵੱਡੀ ਜਿਹੜਾ ਕੰਮ ਹੈ, ਅੱਜ ਉਪਰਾਏ ਸਾਹਿਬ ਨੇ ਜਿਸ ਹਿਸਾਬ ਨਾਲ ਸਾਨੂੰ ਆਪਣੇ ਪ੍ਰੋਗਰਾਮ ਸਾਰੇ ਦੱਸੇ, ਔਰ ਬਹੁਤ ਖੁਸ਼ੀ ਹੋਈ ਔਰ ਇੰਨੀ ਐਨਰਜੀ ਮਿਲੀ ਕਿ ਅਸੀਂ ਇਹ ਚਾਹੁੰਦੇ ਹਾਂ ਵੀ ਉਪਰਾਏ ਸਾਹਿਬ ਸਾਡੇ ਵਿੱਚ ਜਦੋਂ ਵੀ ਲੁਧਿਆਣੇ ਆਉਣ ਤਾਂ ਸਾਨੂੰ ਜ਼ਰੂਰ 10 ਮਿੰਟ ਅੱਧਾ ਘੰਟਾ ਦੇ ਕੇ ਜਾਣ। ਔਰ ਜਿੱਦਾਂ ਜਿੱਦਾਂ ਇਹ ਪ੍ਰੋਜੈਕਟ ਦੀ ਪ੍ਰੋਗਰੈਸ ਹੋਏਗੀ ਜਾਂ ਨਵਾਂ ਕੋਈ ਵੀ ਸਾਡਾ ਪ੍ਰੋਗਰਾਮ ਹੋਏਗਾ ਅਸੀਂ ਤੁਹਾਡੀ ਨਿਗਾਹ ਜ਼ਰੂਰ ਲਗਾਵਾਂਗੇ, ਔਰ ਜਿੱਥੇ ਵੀ ਸਾਡਾ ਕੁਛ ਹੋ ਸਕੇ ਤਾਂ ਅਸੀਂ ਤੁਹਾਡੀਆਂ ਸੇਵਾਵਾਂ ਜ਼ਰੂਰ ਲਵਾਂਗੇ। ਫਿਰ ਮੈਂ ਉਪਰਾਏ ਸਾਹਿਬ ਦੀ ਟੀਮ ਦਾ, ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸ ਹੋਸਪਿਟਲ ਵੱਲੋਂ ਔਰ ਪੂਰੇ ਸਮਾਜ ਵੱਲੋਂ
ਕਿ ਇਹ ਜਿਹੜੀ ਕਿਰਪਾ ਅੱਜ ਕਰਕੇ ਗਏ ਆ ਇਹਦਾ ਫਾਇਦਾ ਪੂਰੇ ਸਮਾਜ ਨੂੰ ਹੋਣਾ ਔਰ ਉਹ ਸਮਾਜ ਦਾ ਆਸ਼ੀਰਵਾਦ ਇਸ ਸੰਸਥਾ ਦੇ ਨਾਲ ਨਾਲ ਸਰਬੱਤ ਦਾ ਭਲਾ ਜਿਹੜੀ ਸੰਸਥਾ ਇਹ ਕਰ ਰਹੇ ਆ ਉਹਨੂੰ ਵੀ ਮਿਲਣਾ ਔਰ ਇਹ ਐਡਾ ਵੱਡਾ ਕੰਮ ਹੈ ਕਿ ਜਿਹੜਾ ਕੋਈ ਵੀ ਸੰਸਥਾ ਇੰਡੀਵਿਜੁਅਲ ਤੌਰ 'ਤੇ ਨਹੀਂ ਕਰ ਸਕਦੀ ਔਰ ਫਿਰ ਮੈਂ ਦੁਬਾਰਾ ਧੰਨਵਾਦ ਦਿੰਦੀ ਹਾਂ ਓਬਰਾਏ ਸਾਹਿਬ ਨੂੰ ਕਿ ਓਬਰਾਏ ਸਾਹਿਬ ਨੂੰ ਇਸ ਸੰਸਥਾ ਦੇ ਵੀ ਸਰਪ੍ਰਸਤੀ ਜਾਂ ਕੁਛ ਸਾਡੇ ਨਾਲ ਜੋੜਿਆ ਜਾਵੇ ਤਾਂ ਮੈਂ ਨਹੀਂ ਇਸ ਚੀਜ਼ ਦਾ ਡਿਸੀਜਨ ਲੈਣਾ ਕਿ ਓਬਰਾਏ ਸਾਹਿਬ ਜਦ ਤੱਕ ਇਹ ਸੰਸਥਾ ਰਹੇਗੀ ਔਰ ਜਦ ਤੱਕ ਭਗਵਾਨ ਦੀ ਸਾਡੇ 'ਤੇ ਕਿਰਪਾ ਓਬਰਾਏ ਸਾਹਿਬ ਸਾਡੇ ਸਰਪ੍ਰਸਤ ਹੋ ਦੇਖ ਰਹੇ ਹੋ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।